ਸਤਿ ਸ਼੍ਰੀ ਅਕਾਲ। ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ। ਸ਼ਹੀਦ ਭਗਤ ਸਿੰਘ ਪੱਤਰਕਾਰ ਐਸੋਸੀਏਸ਼ਨ ਵੱਲੋਂ ਅੱਜ ਮੋਹਾਲੀ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਦੇ ਵਿੱਚ ਸੰਸਥਾ ਦੇ ਆਗੂ ਹਰਪ੍ਰੀਤ ਸਿੰਘ ਜੱਸੋਵਾਲ ਨੇ ਅਗਵਾਈ ਕੀਤੀ। ਇਸ ਮੌਕੇ ਉਹਨਾਂ ਫਾਜ਼ਿਲਕਾ ਦੇ ਪੱਤਰਕਾਰ ਸੁਨੀਲ ਸੈਨ ਅਤੇ ਉਸਦੇ ਸਾਥੀ ਤੇ ਹੋਏ ਝੂਠੇ ਪਰਚੇ ਦੇ ਖਿਲਾਫ਼ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਵਕੀਲਾਂ ਨੇ ਇਹ ਪਰਚਾ ਦਰਜ ਕਰਵਾਇਆ ਹੈ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੁਨੀਲ ਸੈਨ ਖਿਲਾਫ਼ ਦਰਜ ਕੀਤੇ ਗਏ ਪਰਚੇ ਦੀ ਰੱਦ ਕੀਤਾ ਜਾਵੇ। ਪੇਸ਼ ਇਸ ਸੰਬੰਧੀ ਸਾਡੇ ਪੱਤਰਕਾਰ ਪੀ ਐੱਸ ਮਿੱਠਾ ਦੀ ਪਰਸਨ ਬਰਮਨ ਦੇ ਨਾਲ ਇਹ ਵਿਸ਼ੇਸ਼ ਰਿਪੋਰਟ। ਜਿਹੜਾ ਇੱਕ ਲਾਅ ਹੈਗਾ ਸਾਰਿਆਂ ਦੇ ਲਈ ਕਿ ਹਾਂਜੀ, ਸੋ ਫਿਰ ਉਹ ਸੁਪਰੀਮ ਕੋਰਟ ਗਏ ਨੇ ਜੀ ਅਤੇ ਰਾਸ਼ਟਰਪਤੀ ਸਾਹਿਬ ਕੋਲ ਜਾ ਕੇ ਉੱਥੇ ਰਸੀਵ ਦੇ ਜਾਂਦੀ ਆ। ਸੋ ਹੁਣ ਅਸੀਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਅਤੇ ਬਾਕੀ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਜ਼ਿਲ੍ਹੇ ਦੇ ਵਿੱਚ ਡੀ ਸੀ ਸਾਹਿਬਾਨ ਨੂੰ ਬਿਲਕੁਲ ਵੱਲੋਂ ਮੰਗ ਪੱਤਰ ਦੇ ਰਹੇ ਹਾਂ। ਸੋ ਕਾਈਂਡਲੀ ਤੁਸੀਂ ਸਾਡੇ ਨਾਲ ਤੋਂ ਠੀਕ ਹੈ, ਬਿਲਕੁਲ ਠੀਕ ਹੈ ਜੀ, ਡਿਮਾਂਡਿੰਗ ਵੀ ਠੀਕ ਹੈਗੀ ਹੈ। ਡੀ ਸੀ ਸਾਹਿਬ ਤੋਂ ਆਪਾਂ ਟਾਈਮ ਲੈ ਲਿਆ ਕਿ ਮੈਂ ਲੈ ਲਾ, ਤੁਸੀਂ ਲੈ ਲਓ ਜੀ, ਬੈਠੇ ਨਹੀਂ, ਬਸ ਹੋਰ ਦੱਸੋ। ਬਸ ਥੈਂਕ ਯੂ ਜੀ। ਸਾਡੇ ਉਰੇ ਆਏ ਨੇ ਉਹਨਾਂ ਦਾ ਧੰਨਵਾਦ ਆ, ਕਿਉਂਕਿ ਪੱਤਰਕਾਰਾਂ ਦੀ ਯੂਨਿਟੀ ਦਿਖਾਉਣ ਦੇ ਲਈ ਬਹੁਤ ਵਧੀਆ ਉਪਰਾਲਾ ਸੀਗਾ ਜਿਹੜਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਦੂਸਰੀ ਗੱਲ ਆ ਕਿ ਡੀ ਸੀ ਸਾਹਿਬ ਨੂੰ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 22 ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਕਿ ਜੋ ਸਾਡੇ ਫਾਜ਼ਿਲਕਾ ਦੇ ਪੱਤਰਕਾਰ ਨੇ, ਦੋ ਸੁਨੀਲ ਸੈਨ ਅਤੇ ਇੱਕ ਉਹਨਾਂ ਦੇ ਮਿੱਤਰ ਹੋਰ ਨੇ, ਉਹਨਾਂ ਉੱਪਰ ਜਿਹੜੀਆਂ ਖਬਰਾਂ ਲਗਾਈਆਂ ਗਈਆਂ ਸੀ ਤੱਥਾਂ ਦੇ ਆਧਾਰ 'ਤੇ ਖਬਰਾਂ ਲਗਾਈਆਂ ਗਈਆਂ ਸੀ, ਲੇਕਿਨ ਵਕੀਲ ਜਿਹੜੀ ਉੱਥੇ ਦੀ ਐਸੋਸੀਏਸ਼ਨ ਸੀ ਉਹਨਾਂ ਵੱਲੋਂ ਨਾਲ ਧੱਕਾ ਕੀਤਾ ਗਿਆ। SSP ਫਾਜ਼ਿਲਕਾ ਵੱਲੋਂ ਜਿਹੜਾ ਗਲਤ ਪਰਚਾ ਦਰਜ ਕੀਤਾ ਗਿਆ ਸੀ, ਸੋ ਇਸ ਕਰਕੇ ਉਸਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਨੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ। ਬਾਕੀ ਪੱਤਰਕਾਰਾਂ ਦੇ ਉੱਤੇ ਹਮੇਸ਼ਾ ਹੀ ਜਦੋਂ ਕਿਤੇ ਇੱਦਾਂ ਦੀ ਭੀੜ ਪੈਂਦੀ ਆ ਤਾਂ ਸਾਰੇ ਪੱਤਰਕਾਰਾਂ ਨੂੰ ਇਕੱਠੇ ਹੋਣਾ ਚਾਹੀਦਾ। ਸੋ ਅੱਜ ਜਿਹੜਾ ਜ਼ਿਲ੍ਹਾ ਮੋਹਾਲੀ, ਚੰਡੀਗੜ੍ਹ ਅਤੇ ਪਚਕੂਲਾ, ਜੀਰਕਪੁਰ, ਕੁਰਾਲੀ, ਖਰੜ ਦੇ ਪੱਤਰਕਾਰ ਸਾਰੇ ਆਏ ਨੇ, ਸਾਰਿਆਂ ਦਾ ਬਹੁਤ ਧੰਨਵਾਦ ਆ। ਸੋ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਜਿਹੜਾ ਭਰੋਸਾ ਦਿੱਤਾ ਕਿ ਜੇਕਰ ਕਿਸੇ ਨਾਲ ਕੋਈ ਗਲਤ ਕਾਰਵਾਈ ਹੋਈ ਆ ਤਾਂ ਤੁਹਾਡੀ ਜਿਹੜੀ ਮੰਗ ਪੱਤਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਗਵਰਨਰ ਸਾਹਿਬਾਨ ਨੂੰ ਇਹ ਜਿਹੜੀ ਤੁਹਾਡੀ ਬੇਨਤੀ ਆ, ਤੁਹਾਡਾ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਜਾਊਗਾ। ਜੇਕਰ ਅੱਗੇ ਮੰਗ ਪੱਤਰ ਦਿੱਤਾ, ਜੇ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਐਸੋਸੀਏਸ਼ਨ ਵੱਲੋਂ ਪ੍ਰੋਗਰਾਮ ਦਿੱਤਾ ਜਾਊਗਾ, ਜਿਸ ਦੇ ਵਿੱਚ ਜਿਹੜੇ ਦੋਸ਼ੀ ਬੰਦੇ ਨੇ ਜਿਨ੍ਹਾਂ ਨੇ ਗਲਤ ਕੀਤਾ ਪੱਤਰਕਾਰਾਂ ਦੇ ਨਾਲ, ਉਹਨਾਂ ਦੇ ਜਿਹੜੇ ਪੁਤਲੇ ਆ ਉਹ ਵੀ ਸਾਰੇ ਜਾਣਗੇ। ਸੋ ਸਾਡੇ ਚੇਅਰਮੈਨ ਨੇ ਟ੍ਰਾਈਸਿਟੀ ਦੇ ਗੁਰਮੁਖ ਸਿੰਘ ਵਾਲੀਆ ਜੀ, ਸੋ ਇਹ ਵੀ ਹਾਂਜੀ ਵਾਲੀਆ ਜੀ, ਮੈਂ ਇਹੀ ਕਹਿਣਾ ਚਾਹੂੰਗਾ, ਦੇਖੋ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ, ਪੱਤਰਕਾਰਾਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ, ਹਨਾ। ਇਹ ਅੱਜ ਜਿਹੜਾ ਅਸੀਂ ਮੋਹਾਲੀ ਦੇ ਏਰੀਏ ਦੇ ਪੱਤਰਕਾਰ ਇਕੱਠੇ ਹੋਏ ਹਾਂ, ਇਹ ਤੋਂ ਇੱਕ ਮਾਣ ਵੀ ਮਹਿਸੂਸ ਹੋਇਆ ਵੀ ਆਪਾਂ ਜਿਹੜੇ ਪੱਤਰਕਾਰ ਨਾਲ ਗਲਤ ਹੋਇਆ ਉਹਦੇ ਲਈ ਸਾਰੇ ਇਕੱਠੇ ਹੋਏ ਹਾਂ। ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਇੱਕ ਪੱਖ ਨਾ ਸੁਣੋ, ਜੇ ਕਿਸੇ ਪੱਤਰਕਾਰ ਨੇ ਕੋਈ ਖਬਰ ਲਾਈ ਹੈ ਉਹਨੇ ਪੂਰਾ ਪੱਖ ਸੁਣ ਕੇ ਖਬਰ ਲਾਈ ਹੈ, ਉਹਦੀ ਪੂਰੀ ਗੱਲ ਸੁਣਨੀ ਸੀ, ਉਹ ਤੋਂ ਪ੍ਰੂਫ ਲੈਣੇ ਸੀ, ਸਬੂਤ ਲੈਣੇ ਸੀ, ਤੇ ਉਹ ਆਪਣਾ ਪੱਖ ਰੱਖਦਾ, ਉਹਨਾਂ ਨੇ ਕੀਤਾ, ਵਕੀਲਾਂ ਦੀ ਯੂਨਿਟੀ ਹੋ ਗਈ ਤੇ ਉਹਨਾਂ ਨੇ ਇੱਕ ਪੱਤਰਕਾਰ ਤੇ ਉਹਨੂੰ ਦੋਸ਼ੀ ਕਰਾਰ ਦੇ ਕੇ ਪਰਚਾ ਦਰਜ ਕਰਤਾ, ਜਦਕਿ ਇੱਦਾਂ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਸੀ। ਤੇ ਉਹਦੇ ਖਿਲਾਫ਼ ਹੀ ਅਸੀਂ ਇਕੱਠੇ ਹੋ ਕੇ ਅੱਜ DC ਸਾਹਿਬ ਨੂੰ ਮਿਲੇ ਹਾਂ, ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਜਿਹੜਾ ਮੰਗ ਪੱਤਰ ਅੱਜ ਅਸੀਂ DC ਸਾਹਿਬ ਨੂੰ ਦਿੱਤਾ ਹੈ ਉਹਨਾਂ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਹੁੰਚੇ, ਤਾਂ ਜੋ ਆਉਣੇ ਵਾਲੇ ਸਮੇਂ 'ਚ ਪੱਤਰਕਾਰਾਂ ਦੀ ਪੂਰੀ ਇੱਜ਼ਤ ਤੇ ਜੇ ਉਹ ਖਬਰ ਸਹੀ ਲਾਈ ਹੈ ਤਾਂ ਉਹਨੂੰ ਇਨਸਾਫ ਮਿਲੇ ਉਹਦੇ ਵਿੱਚ, ਤੇ ਜਿਹੜਾ ਪਰਚਾ ਦਰਜ ਹੋਇਆ ਤੇ ਉਹਨੂੰ ਰੱਦ ਕੀਤਾ ਜਾਵੇ, ਤੇ ਜੇ ਸੁਣਵਾਈ
ਤੇ ਜਿਹੜੇ ਵਕੀਲਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਵਕੀਲਾਂ ਨੇ ਗਲਤ ਤਰੀਕੇ ਨਾਲ ਪਰਚਾ ਦਰਜ ਕਰਾਇਆ ਹੁਣ ਵਕੀਲਾਂ ਤੇ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਜਦੋਂ ਨਜਾਇਜ਼ ਪਰਚਾ ਕਿਸੇ ਤੇ ਹੁੰਦਾ ਤਾਂ ਉਹਦੀ ਫੈਮਿਲੀ ਨੂੰ ਉਹਨੂੰ ਆਪ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਤੇ ਉਹਨੂੰ ਵੀ ਪਤਾ ਲੱਗੇਗਾ ਵੀ ਜੇ ਉਹ ਕੁਛ ਦਿਨ ਜੇਲ੍ਹ ਚ ਲਾ ਕੇ ਆਏ ਨੇ ਪੱਤਰਕਾਰ ਜੀ ਤੇ ਜਦੋਂ ਵਕੀਲ ਜੇਲ੍ਹ ਚ ਇੰਨੇ ਦਿਨ ਲਾਊਗਾ ਤਾਂ ਉਹਨੂੰ ਪਤਾ ਲੱਗੂਗਾ ਤੇ ਉਹਨਾਂ ਨੂੰ ਅਕਲ ਵੀ ਆਏਗੀ ਤੇ ਵੀ ਅੱਗੇ ਤੋਂ ਕਿਸੇ ਤੇ ਗਲਤ ਪਰਚਾ ਦਰਜ ਨਾ ਕੀਤਾ ਜਾਵੇ। ਇੱਕ ਲਾਸਟ ਗੱਲ ਹੋਰ ਕਹਿਣੀ ਚਾਹੁੰਦੇ ਹਾਂ ਜੀ, ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇਸ ਚੀਜ਼ ਦਾ ਮਾਣ ਮਹਿਸੂਸ ਕਰਦੀ ਆ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਜਾਂ ਕਿਸੇ ਇੱਕ ਯੂਨੀਅਨ ਦੇ ਨਾਲ ਜਾਂ ਇੱਕ ਕਲੱਬ ਦੇ ਨਾਲ ਨਹੀਂ, ਸਾਰੇ ਪੱਤਰਕਾਰ ਸਾਡੇ ਨਾਲ ਆਏ ਨੇ, ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਤਾਂ ਸਾਨੂੰ ਇਸ ਗੱਲ ਦਾ ਬਹੁਤ ਮਾਣ ਜਿਹੜਾ ਮਹਿਸੂਸ ਹੋਇਆ ਕਿ ਸਾਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਮੰਗ ਪੱਤਰ ਨੇ ਦਿੱਤੇ ਗਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਵੱਲੋਂ ਅੱਜ ਫਾਜ਼ਿਲਕਾ ਵਿੱਚ ਪੱਤਰਕਾਰ ਸੁਨੀਲ ਸੈਨ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਮੋਹਾਲੀ ਦੇ ਸਾਰੇ ਪੱਤਰਕਾਰ ਇਕੱਠੇ ਹੋ ਗਏ, ਡੀਸੀ ਮੋਹਾਲੀ ਨੂੰ ਮਿਲੇ ਹਨ, ਜਿਨ੍ਹਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਅਤੇ ਦੋਸ਼ੀ ਕਿਲਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅਗਰ ਇਹਨਾਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਮੋਹਾਲੀ ਤੋਂ ਪੀ ਐਸ ਮਿੱਠਾ ਦੀ ਵਿਸ਼ੇਸ਼ ਰਿਪੋਰਟ।